ਇਸ ਦੁਨੀਆ ਵਿੱਚ ਵਸਦੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਨਵਜੀਤ ਤੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਪੰਨੂ ਸਾਹਿਬ ਦਾ ਸਵਾਗਤ ਕਰਦੇ ਆਂ ਫਿਰ ਕਰਦੇ ਆਂ ਖਬਰਾਂ ਤੇ ਚਰਚਾ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਪੰਨੂ ਸਾਹਿਬ ਕਪੜਿਆ ਘਟਾਲਿਆਂ ਦੀਆਂ ਵੀ ਬਹੁਤ ਸਾਰੀਆਂ ਖਬਰਾਂ ਨੇ ਤੇ ਰਾਜਨੀਤੀ ਦੀਆਂ ਵੀ ਖਬਰਾਂ ਆ ਮੈਂ ਕਹਿੰਨਾ ਸ਼ੁਰੂਆਤ ਇੱਕ ਵਿਧਾਇਕ ਇੱਕ ਪੈਨਸ਼ਨ ਤੋਂ ਕਰਦੇ ਆ ਅੱਜ ਕਿਉਂਕਿ ਗਵਰਨਰ ਸਾਹਿਬ ਨੇ ਕਿਹੜਾ ਚਮੋਰ ਲਗਾ ਦਿੱਤੀ ਐ ਤੇ ਫਿਰ ਜੇ ਮੋਹਰ ਲੱਗੀ ਐ ਤੇ ਹੁਣ ਕੋਸ਼ਕ ਇਸ ਤਰ੍ਹਾਂ ਦੇਖੋ ਜਿਨ੍ਹਾਂ ਦੀ ਪੈਨਸ਼ਨ ਘਟ ਜਾਣੀ ਆ ਉਹਨਾਂ ਨੂੰ ਬੁਰਾ ਲੱਗੂ ਜੀ ਬਾਕੀ ਲੋਕਾਂ ਚ ਬਹੁਤ ਹੀ ਗੰਤੀ ਆਖੇ ਕਿ ਠੀਕ ਹੋ ਗਿਆ ਇਹ ਸਰਕਾਰ ਦੇ ਪੈਸੇ ਬਚਦੇ ਕਿੰਨੇ ਕ ਕਿੰਨੇ ਨਹੀਂ ਮੈਨੂੰ ਨਹੀਂ ਪਤਾ ਸਕੀਮ ਬੜੀ ਉਤਸ਼ਾਹੀ ਹੈ ਪੈਸਿਆਂ ਦੀ ਜਿੱਡੀ ਵੱਡੀ ਰਕਮ ਦੱਸਦੇ ਆ ਓਡੀ ਰਕਮ ਊਠ ਦੇ ਮੂੰਹ ਚ ਜੀਰਾ ਹੁੰਦੀ ਹੈ ਸਰਕਾਰਾਂ ਨੂੰ ਓਡੀ ਇੱਕ ਰਕਮ ਨਾਲ ਬਹੁਤਾ ਫਰਕ ਫੁਰਕ ਨਹੀਂ ਪੈਂਦਾ ਜੀ ਜਿੱਥੇ ਇੱਕ ਕੱਪੜਾ 1178 ਕਰੋੜ ਦਾ ਹੋਵੇ ਦੂਸਰਾ 2200 ਕਰੋੜ ਦਾ ਹੋਵੇ ਤੀਸਰਾ 5000 ਕਰੋੜ ਦਾ ਹੋਵੇ 2-300 ਕਰੋੜ ਜਿੱਥੇ ਵਿਦਿਆਰਥੀਆਂ ਦੇ ਵਜੀਫੇ ਖਾਦੇ ਜਾਂਦੇ ਹੋਣ ਉੱਥੇ 2-4 10 ਕਰੋੜ ਪੈਨਸ਼ਨਾਂ ਚੋ ਬਚਾ ਲੋ ਅੱਕੀ ਪਲਾਈ ਹੱਥ ਮਾਰਨ ਵਾਲੀ ਗੱਲ ਆ ਜੇ ਸਰਕਾਰ ਇੰਨਾ ਕੁ ਸਰਫਾ ਕਰਦੀ ਕਰੀ ਜਾਵੇ ਜੀ ਉਹਦਾ ਨਾਲ ਦੀ ਨਾਲ ਚੈੱਕ ਰੱਖਣਾ ਪਊ ਪਿਛਲੇ ਸਮੇਂ ਚ ਸਰਕਾਰਾਂ ਕਹਿੰਦੀਆਂ ਕੁਛ ਹੁੰਦਾ ਕੁਛ ਜਿਹੜੇ ਨਤੀਜੇ ਨਿਕਲਦੇ ਸੀ ਉਹ ਮਗਰੋਂ ਪਤਾ ਲੱਗਦਾ ਸੀ ਕਿ ਪੰਜਾਬੀ ਦਾ ਮੁਹਾਵਰਾ ਲਾਗੂ ਹੋ ਗਿਆ ਸਰਫਾ ਕਰਕੇ ਸੁੱਤੀ ਤੇ ਆਟਾ ਖਾ ਕੇ ਕੁੱਤੀ ਜੀ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਸਰਕਾਰਾਂ ਸਰਫਾ ਕਰਨਾ ਪਿੰਦੀਆਂ ਤੇ ਜੜੀਆਂ ਵੱਡੀਆਂ ਗੱਲਾਂ ਉਹਨਾਂ ਦਾ ਧਿਆਨ ਨਹੀਂ ਜਾਂਦਾ ਅੰਗਰੇਜ਼ੀ ਵਿੱਚ ਇੱਕ ਮੁਹਾਵਰਾ ਪੈਣੀ ਵਾਈਸ ਪਾਉਂਡ ਫੂਲਿਸ਼ ਪੰਜੀ ਦੁੱਕੀ ਬਚਾਉਣ ਲੱਗੇ ਜਾਓ ਤੇ ਰੁਪਏ ਵਾਲੇ ਨੋਟ ਜੜਿਆ ਉਹਨਾਂ ਦੀ ਚਿੰਤਾ ਨਾ ਕਰੋ ਸਾਡੇ ਕੋਲ ਅੱਜ ਦੀ ਤਰੀਕ ਵਿੱਚ ਵੀ ਇਹੋ ਜਿਹਾ ਬਹੁਤ ਵੱਡੇ ਮਗੋਰਿਆ ਜੀ ਜਿਨ੍ਹਾਂ ਦੇ ਵਿੱਚ ਪਤਾ ਹੀ ਨਹੀਂ ਕੀ ਕੁਝ ਹੋਈ ਜਾ ਰਿਹਾ ਮੈਂ ਪਿਛਲਿਆਂ ਦਿਨਾਂ ਚ ਮੋੜ-ਮੁੜ ਕੇ ਪੰਜਾਬ ਦੇ ਕਾਲਜਾਂ ਦਾ ਮੁੱਦਾ ਉਠਾਇਆ ਇੱਥੇ ਜਿਹੜੇ ਇਨ ਐਲੀਜੀਬਲ ਅਨਫਿਟ ਅਯੋਗ ਪ੍ਰਿੰਸੀਪਲ ਲੱਗੇ ਆ ਲੈ ਉਹਨਾਂ ਕੱਲਿਆਂ ਨੂੰ ਹੀ ਖੁੰਝੇ ਲਾਤਾ ਜਾਵੇ ਤੇ ਜਿੰਨੇ ਪੈਸੇ ਆ ਵਿਧਾਇਕਾਂ ਦੀਆਂ ਪੈਨਸ਼ਨਾਂ ਚੋਂ ਬਚਨੇ ਆ ਸਾਬਕਾ ਵਿਧਾਇਕਾਂ ਤੋਂ ਉਦੋਂ ਜ਼ਿਆਦਾ ਇਹਦੇ ਚ ਬਚ ਜਣੇ ਜੀ ਕਈ ਇਹੋ ਜਿਹੇ ਲੱਗੇ ਨੇ ਜਿਹੜੇ ਅਜੇ ਅਸਿਸਟੈਂਟ ਪ੍ਰੋਫੈਸਰ ਨਹੀਂ ਐਸੋਸੀਏਟ ਪ੍ਰੋਫੈਸਰ ਨਹੀਂ ਪ੍ਰੋਫੈਸਰ ਬਣ ਕੇ ਝੂਠੋ ਝੂਠੀ ਪ੍ਰਿੰਸੀਪਲ ਲੱਗੇ ਆ ਤੇ ਉਹਨਾਂ ਨੂੰ ਪੁੱਛੇ ਕੋਈ ਤੇ ਕਹਿੰਦੇ ਸਾਡੀਆਂ ਦਿੱਲੀ ਤੱਕ ਜਣਾ ਐਸ ਹਫਤੇ ਪੰਜਾਬ ਦੀ ਸਰਕਾਰ ਨੇ ਸਿੱਖਿਆ ਮੰਤਰੀ ਮੀਤੇਰ ਨੇ ਇੱਕ ਕਮੇਟੀ ਬਣਾਈ ਜਿਹੜਾ ਸ਼ਕਤੀ ਦੇ ਰਾਹ ਪਿਆ ਥੋੜੀ ਜੀ ਅਕਲ ਆਈ ਨਹੀਂ ਤੇ ਜਿਹੜੇ ਪ੍ਰਬੰਧਕ ਕਾਲਜਾਂ ਦੀ ਪ੍ਰਾਪਰਟੀ ਵੀ ਚਬ ਚੱਲੇ ਸੀ ਅਜੇ ਵਿੱਚ ਵੀ ਜਾਂਦੇ ਜੀ ਉਹ ਸਰਕਾਰਾਂ ਨੂੰ ਕੀ ਜਾਣਦੇ ਟਿੱਚ ਜਾਣਦੇ ਹੁਣ ਵੀ ਉਹ ਆਪੋ ਜੀ ਸਲਾਮਾ ਕਰਦੇ ਪਏ ਇਹ ਇਕੱਲਾ ਇੱਕ ਮਾਮਲਾ ਨਹੀਂ 1178 ਕਰੋੜ ਰੁਪਇਆ ਕੇਂਦਰ ਸਰਕਾਰ ਤੋਂ ਆਇਆ ਪਰਾਲੀ ਨੂੰ ਸੰਭਾਲਣ ਵਾਸਤੇ ਪਤਾ ਹੀ ਨਹੀਂ ਲੱਗਦਾ ਉਹ ਚੋ 78 ਕਰੋੜ ਵੀ ਲੱਗੇ ਕਿ ਨਹੀਂ ਲੱਗੇ ਬਾਕੀ 11 ਕਰੋੜ ਕਿੱਥੇ ਚਲਾ ਗਿਆ ਔਰ ਸਭ ਤੋਂ ਵੱਧ ਕਾਲਾ ਮਾਲਾ ਉਸ ਇਲਾਕੇ ਚ ਹੋਇਆ ਉਸ ਜ਼ਿਲ੍ਹੇ ਚ ਹੋਇਆ ਜਿੱਥੋਂ ਦੇ ਮੰਤਰੀ ਦੀ ਹੱਥੀਂ ਪੈਸਾ ਆਉਂਦਾ ਪੰਜਾਬ ਦਾ ਸਾਰੇ ਪੈਸਾ ਉਹਦੇ ਹੱਥੀਂ ਆਉਂਦਾ ਸੀ ਉਹਨੂੰ ਕੌਣ ਵੇਖੇਗਾ ਬਹੁਤ ਸਾਰੇ ਮਾਮਲੇ ਹੋ ਰਿਹਾ ਜਿਨ੍ਹਾਂ ਦੇ ਉੱਤੇ ਪੈਰ ਪੈਰ ਤੇ ਚੈੱਕ ਕਰਨ ਦੀ ਲੋੜ ਆ ਭਗਵੰਤ ਮਾਨ ਦੀ ਸਰਕਾਰ ਠੀਕ ਆ ਜਨਤਕ ਤੌਰ ਦੇ ਉੱਤੇ ਇਹਨਾਂ ਨੇ ਫੈਸਲਾ ਕੀਤਾ ਏ ਕਿ ਸਾਬਕਾ ਪੈਨਸ਼ਨਾਂ ਨੂੰ ਵਿਧਾਇਕਾਂ ਨੂੰ ਇੱਕ ਇੱਕ ਪੈਨਸ਼ਨ ਮਿਲੇਗੀ ਲੋਕਾਂ 'ਚ ਬਹਿ ਜਾ ਬਹਿ ਜਾ ਪਰ ਇਸ ਲੋਕਾਂ ਨੂੰ ਖੁਸ਼ ਕਰਨ ਵਾਲੇ ਫੈਸਲੇ ਤੋਂ ਅੱਗੇ ਵਧ ਕੇ ਬਹੁਤ ਸਾਰੇ ਕੰਮ ਹੋਰ ਜੇ ਕਰਨ ਵਾਲੇ ਆ ਉਹ ਇਹਨਾਂ ਨੂੰ ਕਰਨੇ ਚਾਹੀਦੇ ਆ ਮੁਸ਼ਕਲ ਇਹ ਆ ਕਿ ਜਿਹੜੇ ਅਫਸਰ ਨੇ ਉਹ ਜਾਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਤੋਂ ਆਏ ਆ ਜਾਂ ਪਬਲਿਕ ਸਰਵਿਸ ਕਮਿਸ਼ਨ ਤੋਂ ਆਏ ਆ ਉਹ ਇਹ ਗੱਲ ਜਾਣਦੇ ਆ ਕਿ ਸਰਕਾਰ ਇਹਦੀ ਆ ਜੇ ਜਾਂ ਉਹਦੀ ਆ ਜੇ ਸਾਨੂੰ ਚਪੜਾਸੀ ਤਾਂ ਨਹੀਂ ਕਿਤੇ ਲਾ ਦੇਣਾ ਲਾਉਣਾ ਤੇ ਅਫਸਰ ਹੀ ਆ ਨਾ ਐਸ ਮਹਿਕਮੇ ਚ ਨਾ ਲਾਉਣਗੇ ਉਹਦੇ ਚ ਲਾ ਦੇਣਗੇ ਜੋ ਅਸੀਂ ਕਰਨਾ ਅਖ ਮੁਲਾਕੇ ਦੂਜੇ ਇੱਕ ਦੂਜੇ ਨਾਲ ਕਰੀ ਜਾਣਾ ਉਹ ਅਜੇ ਤੱਕ ਬਹੁਤ ਸਾਰੇ ਮਾਮਲਿਆਂ 'ਚ ਅੜਿੱਕੇ ਪਾਉਣ ਤੋਂ ਨਹੀਂ ਹਟ ਰਿਹਾ ਇਹ ਸਰਕਾਰ ਨੂੰ ਅਜੇ ਬੜਾ ਲੰਮਾ ਪੈਂਡਾ ਕਰਨਾ ਪੈਣਾ ਐਡਾ ਸੋਖਾ ਨਹੀਂਗਾ ਜਿਹੜਾ ਇਹਨਾਂ ਨੇ ਕੰਮ ਛੋਹ ਲਿਆ ਵਿਗੜੇ ਹੋਏ ਤੰਤਰ ਨੂੰ ਸੁਲਝਾਉਣ ਦਾ ਜੀ ਉਹਦੇ 'ਚ ਇਹ ਇੱਕ ਸਟੈਪ ਅਜੇ ਨਾ ਚੁੱਕਿਆ ਔਰ ਇਹ ਬਹੁਤ ਛੋਟਾ ਸਟੈਪ ਆ ਇਹਨੂੰ ਕੋ ਵੱਡਾ ਸਮਝ ਕੇ ਪ੍ਰਚਾਰਨ ਦਾ ਫਾਇਦਾ ਨਹੀਂ ਵੱਡੇ ਸਟੈਪ ਹੋਰ ਨੇ ਜੀ ਕੌਨਸੋਵਰ ਇਸ ਸਟੈਪ ਦੀ ਗੱਲ ਜੇਕਰ ਅੱਗੇ ਵੱਲ ਵਧਾਈਏ ਤਾਂ ਮਾਨਯੋਗ ਹਾਈ ਕੋਰਟ ਨੇ ਇੱਕ ਟਿੱਪਣੀ ਕੀਤੀ ਉਹ ਕਹਿੰਦੇ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਬਹੁਤੀ ਗੰਭੀਰਤਾ ਨਹੀਂ ਦਿਖਾਈ ਨਜਾਇਜ਼ ਮਾਈਨਿੰਗ ਹੁੰਦੀ ਸੀ ਕੇਸ ਦਰਜ ਕੀਤੇ ਗਏ ਸੀਗੇ ਉਹਨਾਂ ਨੇ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਰੇਤਾ ਖਾ ਗਏ ਬਜਰੀ ਖਾ ਗਏ ਮਿੱਟੀ ਖਾ ਗਏ ਕਈ ਕੁਝ ਖਾ ਗਏ ਪਰ ਟਿੱਪਣੀ ਨੂੰ ਤੁਸੀਂ ਕਿਵੇਂ ਦੇਖਦੇ ਆ ਕੀ ਨਹੀਂ ਖਾਦਾ ਗਿਆ ਜੀ ਸੱਚੀ ਗੱਲ ਹੈ ਰੇਤਾ ਵੀ ਉਹ ਖਾ ਗਏ ਲੁੱਕ ਬਜਰੀ ਸਾਰਾ ਕੁਝ ਖਾ ਗਏ ਇੱਥੇ ਕਿਸੇ ਇੱਕ ਵੀ ਕੰਮ 'ਚ ਕੁਝ ਠੀਕ ਨੀਤ ਨਾਲ ਲੋਕਾਂ ਦੀ ਸੇਵਾ ਨਹੀਂ ਕੀਤੀ ਗਈ। ਬਹੁਤ ਵੱਡਾ ਮਾਮਲਾ ਸੀ ਮਾਈਨਿੰਗ ਦਾ, ਨਜਾਇਜ਼ ਮਾਈਨਿੰਗ ਦਾ। ਜੀ। ਪਿਛਲੇ 25 ਸਾਲਾਂ ਤੋਂ ਇੱਥੇ ਕਿਹੜੀ ਸਰਕਾਰ ਆਈ ਹੈ ਤੇ ਕਿਹੜਾ ਮੰਤਰੀ ਇਸ ਮਹਿਕਮੇ ਨਾਲ ਜੁੜਿਆ ਸੀ ਜਿਨੇ ਮੋਟੀ ਕਮਾਈ ਨਹੀਂ ਕੀਤੀ। ਆ ਪਿਛਲੀ ਸਰਕਾਰ ਦਾ ਜਿਹੜਾ ਮੁਢਲਾ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸੋ ਉਨੇ ਇੱਕ ਵਾਰੀ ਜਲੰਧਰ ਦਾ ਦੌਰਾ ਰੱਖ ਲਿਆ ਰਾਤ ਉਹ ਹੈਲੀਕਾਪਟਰ ਲੁਧਿਆਣਾ ਤੋਂ ਕਮਾ ਕੇ ਤੇ ਦਰਿਆ ਦੇ ਉੱਤੇ ਗੇੜੇ ਕੱਢਦਾ 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 ਨਵੇਂ ਸ਼ਹਿਰ ਲਾ ਕੇ ਜਾ ਲਿਆ ਨੇੜੇ ਦੇ 4-5 ਜ਼ਿਲ੍ਹਿਆਂ ਦੇ ਐਸਐਸਪੀ ਵੀ ਤੇ ਡਿਪਟੀ ਕਮਿਸ਼ਨਰ ਵੀ ਖੜੇ ਪਰ ਉੱਥੇ ਸੱਦੇ ਕਿ ਇੱਥੇ ਮਾਈਨਿੰਗ ਹੁੰਦੀ ਹੈ ਰੋਕ ਤੋ ਪੜਤੋ ਨਹੀਂ ਹੋਣੀ ਚਾਹੀਦੀ ਦਬਕਾ ਤਗੜਾ ਛੱਡਿਆ ਸੀ ਅਕਾ ਕਮਾਲ ਕਰ ਦਿੱਤੀ ਉਹਦੋਂ ਅਗਲੇ ਦਿਨ ਪਤਾ ਲੱਗਾ ਕਿ ਜਿੰਨੇ ਠੇਕੇਦਾਰ ਸੀ ਸਾਰੇ ਰਾਤੋਂ ਰਾਤ ਚੰਡੀਗੜ੍ਹ ਜਾਵੜਿਆ ਤੇ ਸਿਰਫ ਦੋ ਦਿਨਾਂ ਬਾਅਦ ਉਹਨਾਂ ਹੀ ਥਾਵਾਂ ਤੇ ਮਾਈਨਿੰਗ ਹੋਣ ਲੱਗ ਪਈ ਮੁੜ ਕੇ ਮੁੱਖ ਮੰਤਰੀ ਦਾ ਹੈਲੀਕਾਪਟਰ ਜਾਂਦਾ ਸੀ ਉੱਤੇ ਉੱਤੇ ਲੰਘ ਜਾਂਦਾ ਸੀ ਜੀ ਕਿਸੇ ਨੇ ਪੁੱਛਿਆ ਹੀ ਨਹੀਂ ਬੜਾ ਸਮੂਥਰੀ ਕੰਮ ਚੱਲਦਾ ਪਿਆ ਸੀ ਅਸੀਂ ਇੱਕ ਇੱਕ ਐਮਐਲਏ ਤੇ ਇੱਕ ਇੱਕ ਮੰਤਰੀ ਦਾ ਨਾਂ ਜਾਣਦੇ ਆ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਟਰਾਲੇ ਪਰ ਪਰ ਕੇ ਲੰਗਾਉਂਦੇ ਰਿਹਾ ਆਇਥੋਂ ਮਾਲਵੇ ਚੋਂ ਫਰੋਜਪੁਰ ਇਲਾਕੇ ਚੋਂ ਨਿਕਲ ਕੇ ਤੇ ਮੁਦਕੀ ਤੋਂ ਗਾਂ ਫਰੀਦਕੋਟ ਵੱਲ ਨੂੰ ਜਦੋਂ ਟਰਾਲੇ ਜਾਂਦੇ ਸੀ ਰਾਜ ਕਿਹੜੀ ਸੜਕ ਨਹੀਂ ਸੀ ਰਾਮਪੁਰੇ ਫੂਲ ਤੱਕ ਤੋੜੀ ਤੇ ਕੌਣ ਤੜਵਾਉਂਦਾ ਸੀ ਸਾਰਿਆਂ ਨੂੰ ਪਤਾ ਮੁਕੇਰੀਆਂ ਲੱਗੇ ਇੱਕ ਸਾਈਟ ਦੇ ਉੱਤੇ ਜਾ ਕੇ ਸੁਖਬੀਰ ਸਿੰਘ ਬਾਦਲ ਨੇ ਛਾਪਾ ਮਾਰਿਆ ਸੀ ਕਿਉਂਕਿ ਪਹਿਲਾਂ ਡਿਪਟੀ ਮੁੱਖ ਮੰਤਰੀ ਹੋਇਆ ਚੁੱਕਾ ਸੀ ਉਹਨੂੰ ਪਤਾ ਸੀ ਸਾਡੇ ਬੰਦੇ ਕਿੱਥੇ ਕਿੱਥੇ ਕਰਦੇ ਹੁੰਦੇ ਸੀ ਹੁਣ ਕਾਂਗਰਸ ਹੀ ਕਰਦੇ ਆ ਉਹਨੂੰ ਉਤਰਾਜੀਏ ਸੀ ਕਿ ਸਾਡੇ ਬੰਦੇ ਕਰਦੇ ਸੀ ਉਹਨੇ ਕਿਉਂ ਕਰਦੇ ਉਹਨੇ ਜਾ ਕੇ ਕਾਂਗਰਸ ਦੇ ਐਮ ਐਲ اے ਦੀ ਸਾਈਟ ਵਿਖਾਈ ਮੀਡੀਆ ਨੂੰ ਕਿਆ ਵਿਖਾਉਣ ਦਿਆ ਤੇ ਹੁੰਦਾ ਸੀ ਸੱਚੀ ਮੁੱੱਚੀ ਹੁੰਦਾ ਸੀ ਉਹ ਐਮ ਐਲ اے ਦੀ ਬਦਨਾਮੀ ਹੁੰਦੀ ਸੀ ਸੁਖਬੀਰ ਸਿੰਘ ਬਾਦਲ ਦੇ ਛਾਪੇ ਤੋਂ ਬਾਅਦ ਵੀ ਉਹ ਕੰਮ ਚੱਲਦਾ ਰਿਹਾ ਜੀ ਇਥੇ ਕਿਤੇ ਕਿਤੇ ਨਹੀਂ ਚੱਲਿਆ ਸਾਰਿਆਂ ਨੂੰ ਪਤਾ ਕਿ ਪਟਾਣਕੋਟ ਤੋਂ ਇੱਕ ਛੋਟਾ ਹਾਥੀ ਨੋਟਾਂ ਦਾ ਲੱਦ ਕੇ ਰੋਜ਼ ਰਾਤ ਨੂੰ ਚੰਡੀਗੜ੍ਹ ਨੂੰ ਜਾਂਦਾ ਸੀ ਉਦੇ ਅਗਲੇ ਪਾਸੇ ਵੀ ਪੁਲਿਸ ਦੀ ਗਾਰਡ ਨੂੰ ਦਿੱਤੀ ਸੀ ਪਿੱਛੇ ਵੀ ਉਹ ਕਾਲੀ ਭਾਜਪਾ ਸਰਕਾਰ ਵੇਲੇ ਵੀ ਜਾਂਦਾ ਸੀ ਕਾਂਗਰਸੀ ਸਰਕਾਰ ਵੇਲੇ ਵੀ ਜਾਂਦਾ ਸੀ ਕੋਠੀ ਕੋਈ ਸੀ ਜਿੱਤ ਜਾਂਦਾ ਸੀ ਤੇ ਉਸ ਕੋਠੇ 'ਚੋਂ ਵੰਡੀਆਂ ਪੈਂਦੀਆਂ ਜਦੋਂ ਕਾਲੀਆਂ ਦੀ ਸਰਕਾਰ ਸੀ ਤੇ ਜਿਹੜਾ ਇਹੋ ਜਿਹਾ ਪੈਸਾ ਸੀ ਉਹ 'ਚੋਂ 80% ਉਹਨਾਂ ਨੂੰ ਜਾਂਦਾ ਸੀ ਤੇ 20% ਕਾਂਗਰਸੀਆਂ ਨੂੰ ਜਾਂਦਾ ਸੀ ਲੋਕੀ ਕਹਿੰਦੇ ਸੀ 80 20 ਜਦੋਂ ਅਮਰਿੰਦਰ ਸੋਹਰਾ ਦੀ ਸਰਕਾਰ ਆ ਗਈ ਉਦੋਂ ਇਹਨਾਂ ਨੂੰ 80% ਤਾਂ ਨਹੀਂ ਸੀ ਫਿਰ ਵੀ ਮਿਲਿਆ 60% ਇਧਰ ਜਾਣ ਲੱਗ ਪਏ 40 ਫਿਰ ਕਾਲੀਆਂ ਵੱਲ ਜਾਂਦਾ ਰਿਹਾ ਸੀ ਕੋਠੀ ਫੇਰ ਉਹ ਉਹੋ ਹੀ ਬੰਦਾ ਉਹਨਾਂ ਦਾ ਵੀ ਸਪਲਾਇਰ ਤੇ ਉਹਨਾਂ ਦਾ ਵੀ ਸਪਲਾਇਰ ਤੇ ਠਿੱਕਦਾਉ ਸਕਦਾ ਸੀ ਜਦੋਂ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਆਈ ਚੱਲ ਛੱਡ ਯਾਰ ਚੰਨੀ ਸਾਹਿਬ ਦੀ ਉਹਨਾਂ ਗੱਲ ਕਿ ਕਾਈ ਉਹ ਤੇ ਵਿਚਾਰਾ ਲੋਕਾਂ ਤੇ ਬਨਵਾਸ ਮਿਲਦਾ ਉਹ ਆਪਣੇ ਬਨਵਾਸ ਵਿੱਚ ਆਪ ਹੀ ਚਲਾ ਗਿਆ ਅਮਰੀਕਾ ਜਾ ਕੇ ਬੈਠ ਗਿਆ ਜੀ ਹੁਣ ਉਹਦੇ ਅਸੀਂ ਗੱਲ ਹੀ ਛੱਡ ਦਈਏ ਕਿਉਂਕਿ ਉਹਦੇ ਕਿੱਸੇ ਰੰਗੀਲੇ ਸੀ ਉਹ ਤੇ ਮੰਜੇ ਦੇ ਉੱਤੇ ਬਾਣਦੀਆਂ ਪਿੜੀਆਂ ਵੀ ਰੰਗ-ਬਰੰਗੀਆਂ ਪਾ ਸਕਦਾ ਸੀ ਉਹਦੇ ਆਪਣੇ ਇਲਾਕੇ ਵਿੱਚ ਹੀ ਇੰਨੀ ਕ ਮਾਈਨਿੰਗ ਹੋਈ ਹੈ ਉਹਦੀ ਚਰਚਾ ਨਹੀਂ ਮੁੱਕਦੀ ਪਰ ਜੋ ਕੁਝ ਕੀਤਾ ਗਿਆ ਉਹ ਸ਼ਰਮਨਾਕ ਸੀ ਜੀ ਪੰਜਾਬ ਦਾ ਪੈਸਾ ਖਾਦਾ ਗਿਆ ਹਾਲਤ ਇੱਥੋਂ ਤੱਕ ਪਹੁੰਚ ਗਈ ਕਿ ਇੱਕ ਵਾਰੀ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਤਲਵਾੜੇ ਲਾ ਕੇ ਆ ਕੇ ਪੰਜਾਬ ਦੀ ਹੱਦ 'ਚ ਮਜਾਰਾ ਕੀਤਾ ਕਿ ਉੱਤੇ ਸਾਡੇ ਪਿੰਡ ਆ ਤੇ ਥੱਲਿਓ ਤੁਹਾਡੀਆਂ ਜੀਸੀਪੀ ਮਸ਼ੀਨਾ ਐਉਂ ਫੇਰ ਫਰ ਕੇ ਸਾਰੇ ਰੇਤ ਬਜਰੀ ਕੱਢੀ ਜਾਂਦੀਆਂ ਤੇ ਜ਼ਮੀਨ ਹੋ ਗਈ ਹੈ ਖਾਲੀ ਸਾਡੇ ਦੇ ਪਿੰਡ ਤੁਹਾਡੇ ਪੰਜਾਬ 'ਚ ਡੇਕ ਪਣੇ ਅਸੀਂ ਕੀ ਕਰੀਏ ਅਸੀਂ ਆਣ ਗਵਾਂਢ ਦੇ ਦੂਸਰੇ ਸੂਬੇ ਆਣੇ ਨੂੰ ਵੀ ਤੰਗ ਕਰ ਮਾਰਿਆ ਪਰ ਸਾਡੀਆਂ ਸਰਕਾਰਾਂ ਕੀ ਕਰਦੀਆਂ ਨਹੀਂ ਕੱਖ ਵੀ ਨਹੀਂ ਨੋਟ ਗਣਨ ਵਾਸਤੇ ਵੀ ਬੰਦੇ ਹੋਰ ਰੱਖੇ ਸੀ ਆਪਾਂ ਤੇ ਮਸਾ ਸੀਤਾ ਫਲ ਖਾਣ ਤੋਂ ਕਿਸੀ ਜੀ ਜਿੰਨੀ ਬਦਨਾਮੀ ਹੋਈ ਉਹ ਸਾਰੇ ਕੋਈ ਤੋਂ ਬਾਅਦ ਜਜ ਹਾਈ ਕੋਰਟ ਇਸ ਤਰ੍ਹਾਂ ਦੀਆਂ ਟਿੱਪਣੀਆਂ ਕਰਦੀ ਤੇ ਹਾਈ ਕੋਰਟ ਗਲਤ ਨਹੀਂ ਸੀ ਖਾਣ ਵਾਲੇ ਗਲਤ ਸਨ ਖਵਾਉਣ ਵਾਲੇ ਗਲਤ ਸਨ ਕਮਾਉਣ ਵਾਲੇ ਗਲਤ ਸਨ ਔਰ ਉਹਤੇ ਪਰਦੇ ਪਾਉਣ ਵਾਲੇ ਗਲਤ ਸਨ ਹੁਣ ਉਹ ਸਾਰਾ ਕੁਝ ਜਦੋਂ ਜਗ ਜਗਾਰ ਹੋਇਆ ਪਿਆ ਤੇ ਕੋਰਟ ਵਿੱਚ ਜਿਹੜੀ ਗੱਲ ਗਈ ਹੈ ਤੇ ਕੋਰਟ ਨੇ ਟਿੱਪਣੀਆਂ ਕੀਤੀਆਂ ਠੀਕ ਕੀਤੀਆਂ ਪਰ ਇਹੋ ਜਿਹੀਆਂ ਟਿੱਪਣੀਆਂ ਦਾ ਉਹਨਾਂ ਨੂੰ ਹੁੰਦਾ ਬੁਰਾ ਲੱਗਦਾ ਜਿਨ੍ਹਾਂ ਨੂੰ ਕੋਈ ਸ਼ਰਮ ਹੋਵੇ ਬੇਸ਼ਰਮਾ ਨਹੀਂ ਹੁੰਦੀ ਗਿਆਨੀ ਜੈਲ ਸਿੰਘ ਦੀ ਸਰਕਾਰ ਵੇਲੇ ਇੱਕ ਮੰਤਰੀ ਦੇ ਉੱਤੇ ਦੋਸ਼ ਲੱਗੇ ਸੀ ਬਹੁਤ ਖਾ ਗਿਆ ਬਹੁਤ ਖਾ ਗਿਆ ਅਗਲੇ ਦਿਨ ਸਵੇਰੇ ਗਏ ਤੇ ਜਾਂਦਿਆਂ ਨੂੰ ਮੰਤਰੀ ਲੱਡੂ ਵੰਡਦਾ ਸੀ ਤੇ ਉਹਨੇ ਦੋਸ਼ ਲਾਉਣ ਵਾਲੇ ਨੂੰ ਵੀ ਆਖਿਆ ਫੜ ਲੱਡੂ ਕਾ ਉਹ ਕਹਿੰਦਾ ਲੱਡੂ ਕਾ ਦੇਆ ਕਹਿੰਦਾ ਕੱਲ ਤੋਂ ਅਸੈਂਬਲੀ ਆਖਿਆ ਸੀ ਨਾ ਕਿ ਬਹੁਤ ਖਾ ਗਿਆ ਅੱਜ ਦੇ ਅਖਬਾਰਾਂ 'ਚ ਆ ਗਿਆ ਅੱਜ ਦੁਪਹਿਰੇ ਇੱਕ ਬਹੁਤ ਵੱਡੇ ਕਾਰਖਾਨੇ ਵਾਲੇ ਆ ਕੇ ਮੁੰਡੇ ਨੂੰ ਰਿਸ਼ਤਾ ਕਰ ਗਏ ਆ ਕਿ ਕੁੜੀ ਭੁੱਖੇ ਨਹੀਂ ਮਰਦੀ ਇਹ ਹਾਲਤ ਹੈ ਸਾਡੀ ਜੀ ਪਰ ਸਵੇ ਇੱਕ ਛੋਟੀ ਜਿਹੀ ਗੱਲ ਹੋਰ ਆ ਲੋਕ ਨੇ ਕਿ ਸਵੇਰੇ ਸਵੇਰੇ ਸੈਰ ਸਪਾਟਾ ਕਰਦੇ ਆ ਕਹਿੰਦੇ ਆ ਕਿ ਪਠਾਨਕੋਟ ਵਾਲੇ ਪਾਸੇ ਗੱਡੀਆਂ ਆਉਂਦੀਆਂ ਅੱਜ ਕੱਲ ਪੁਲਿਸ ਦੇ ਮੁਲਾਜ਼ਮ ਵੀ ਵਿੱਚ ਬੈਠੇ ਹਾਲਾਂਕਿ ਮੈਂ ਦੇਖਿਆ ਨਹੀਂ ਪਤਾ ਨਹੀਂ ਕਿੰਨਾ ਕੁ ਸਹੀ ਆ ਕਿੰਨਾ ਕੁ ਨਹੀਂ ਤਿੰਨ ਚਾਰ ਲੱਖੇ ਪੈਂਦੇ ਆ ਉਹਦੇ ਵਿੱਚ ਐਮਐਲਏ ਸਹਿਬਾਨ ਵੀ ਅੱਜ ਕੱਲ ਆਮ ਆਦਮੀ ਪਾਰਟੀ ਦੇ ਜੇ ਰੌਲਾ ਪੈਂਦਾ ਤਾਂ ਪਹਿਲਾਂ ਵੀ ਸਾਈਟਾਂ 'ਤੇ ਜਾ ਕੇ ਚੈਕਿੰਗ ਕਰਦੇ ਰਹੇ ਜੇਕਰ ਇੰਦਾ ਰੌਲਾ ਹੈਗਾ ਤਾਂ ਚੈੱਕ ਕਰ ਲੈਣਾ ਚਾਹੀਦਾ ਕਦੀ ਦੇਖੋ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਵਿਗੜੇ ਨਹੀਂ ਤੇ ਸਾਰੇ ਸਾਫ਼ ਨਹੀਂਗੇ ਜੀ ਉਹਨਾਂ 'ਚ ਕਈਆਂ ਦੇ ਸਿਰ ਦੇ ਉੱਤੇ ਪੁੱਤ ਸਵਾਰ ਹੋ ਗਿਆ ਕਿ ਜੇ ਪਹਿਲੇ ਖਾਂਦੇ ਰਹੇ ਤੇ ਅਸੀਂ ਕਿਉਂ ਨਹੀਂ ਖਾ ਸਕਦੇ ਜੇ ਪਹਿਲਿਆਂ ਦਾ ਸਿੱਕਾ ਚੱਲਦਾ ਸੀ ਸਾਡਾ ਕਿਉਂ ਨਹੀਂ ਚੱਲਦਾ ਜੇ ਪਹਿਲੇ ਟੋਲ ਪਲਾਜੇ ਵਾਲਾ ਨੂੰ ਦਬਕਾ ਮਾਰ ਕੇ ਲੰਘ ਜਾਂਦੇ ਸੀ ਤੇ ਸਾਡੀ ਵਾਰੀ ਆਏ ਟੋਲ ਪਲਾਜਾ ਵਾਲਾ ਨੇ ਇਹ ਡੰਡਾ ਕਿਉਂ ਨਹੀਂ ਚੁੱਕਿਆ ਉਹਨਾਂ ਦੇ ਬੂਮ ਭੰਨਣ ਤੇ ਨਾਲ ਹੀ ਬੂਮ ਤੋਂ ਅੱਗੇ ਮੁਲਾਜ਼ਮਾਂ ਦੇ ਬੂਥੇ ਭੰਨਣ ਤੱਕ ਜਾਂਦੇ ਆ ਜਿਹੜਾ ਇਹੋ ਜਿਹਾ ਐਮਐਲਏ ਸੀ ਜਿਹਨੇ ਆਹ ਹਰਕਤ ਕੀਤੀ ਆ ਦੁਆਬੇ ਚ ਉਹਨੂੰ ਅਗਲੇ ਦਿਨ ਸੱਦ ਕੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਉਸ ਬੰਦੇ ਨੂੰ ਸੜਕ ਦੇ ਉੱਤੇ 10 ਮਿੰਟ ਧੁੱਪਾ ਕੇ ਉਹਨੇ ਖੜਾ ਕੀਤਾ। ਉਹਨੂੰ ਕਹਿਣਾ ਚਾਹੀਦਾ ਸੀ ਤੂੰ ਐਮਐਲਏ ਬਣ ਗਿਆ ਤੂੰ ਖੁਦਾ ਦਾ ਪੁੱਤ ਬਣ ਗਿਆ। ਜੀ। ਔਰ ਬਣਿਆ ਕਿੱਥੋਂ ਆ? ਇਲਾਕਾ ਤੇ ਉਹਦੇ ਨਾਲ ਤਾਂ 1921 ਦੇ ਫਰਕ ਕੜਾ ਹੀ ਆ। ਬਿਲਕੁਲ। ਜਿੱਥੋਂ ਦਾ ਸੰਗਤ ਸਿੰਘ ਗਿਲਜੀਆ ਅੱਜਕੱਲ ਲੁਕਦਾ ਫਿਰਦਾ। ਜੀ। ਇਹ ਜਿੰਨੇ ਕਿੰਦਾ ਭੜਕਦੇ ਫਿਰਦੇ ਨੇ। ਇਹਨਾਂ ਸਾਰਿਆਂ ਨੂੰ ਸਮਝ ਆ ਜਣੀ ਚਾਹੀਦੀ ਐ। ਉਹ ਬਠਿੰਡੇ ਜ਼ਿਲ੍ਹੇ ਚ ਦੋ ਮਹੀਨਾ ਕ ਪਹਿਲਾਂ ਦੀ ਗੱਲ ਐ। ਰੱckaਵਾਲਿਆਂ ਨੇ ਇੱਕ ਦਿਨ ਹੜਤਾਲ ਕਰਤੀ ਕਹਿੰਦੇ ਜੀ ਆਮ ਆਦਮੀ ਸਮਝ ਕੇ ਜਿਤਾਏ ਸੀ ਆਮ ਆਦਮੀ ਦਾ ਐਮ.ਐਲ.ਏ ਸਾਨੂੰ ਸੁਨੇਹਾ ਘੱਲਦਾ ਕਿ ਤੁਸੀਂ ਮੈਨੂੰ ਹਿੱਸਾ ਦਿਓ ਤੇ ਉਹਦੇ ਪੀ.ਐਨ ਅੱਗੇ ਗੱਡੀਆਂ ਰਕਵਾਉਂਦੀਆਂ ਨੇ ਜੀ ਫਿਰ ਸਫਾਈਆਂ ਦੀ ਜੇ ਮੈਂ ਤਾਂ ਨਹੀਂ ਆਖਿਆ ਮੈਂ ਤਾਂ ਨਹੀਂ ਆਖਿਆ ਜੇ ਆਖਿਆ ਨਹੀਂ ਬਗੈਰ ਚੀ ਗਾੜੀ ਤੋਂ ਧੂਆਂ ਕਿੱਦਾਂ ਨਿਕਲ ਆਇਆ ਜੇ ਤੂੰ ਆਖਿਆ ਨਹੀਂ ਤੇਰਾ ਨਾਂ ਲੈਣ ਡਿਆ ਸੀ ਸਾਰੇ ਜਿਨ੍ਹਾਂ ਤੇਰਾ ਨਾਂ ਲਿਆ ਸੀ ਉਹਨਾਂ ਤੇ ਕੇਸ ਕਿਉਂ ਨਹੀਂ ਕਰਤਾ ਤੂੰ ਕਿਉਂਕਿ ਤੂੰ ਆਖਿਆ ਸੀ ਦੀ ਆਖਰ ਨਾ ਉਹਦਾ ਫਿਰ ਗੱਲ ਬਹੁਤ ਦੂਰ ਤੱਕ ਜਾਣੀ ਕਿਉਂਕਿ ਤਾਂ ਇਹਨਾਂ ਦੇ ਕਿੰਨੇ ਸਾਰੇ ਐਮਐਲਏ ਜਿਨ੍ਹਾਂ ਦੀਆਂ ਸ਼ਿਕਾਇਤਾਂ ਆਉਣ ਲੱਗ ਪੀਆਂ ਜੀ ਮੈਂ ਇਹ ਕਹੂੰਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਜਿਹੜੀ ਪਹਿਲਾਂ ਵਾਲੀ ਬਿਮਾਰੀ ਸੀ ਨਾ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹ ਰੋਗ ਪਠੋਰੇ ਨੂੰ ਹੂੰ ਬਿਲਕੁਲ ਆ ਤੁਸੀਂ ਆਪਣੇ ਪਠੋਰੇ ਸੰਭਾਲ ਕੇ ਰੱਖੋ ਇਹਨਾਂ ਦੇ ਵਿੱਚੋਂ ਇਨਫੈਕਸ਼ਨ ਆਉਂਦੀ ਜਾਂਦੀ ਹੈ ਤੇ ਜੇ ਇਨਫੈਕਸ਼ਨ ਤੁਸੀਂ ਨਾ ਨਾ ਰੋਕੀ ਇਹ ਇਨਫੈਕਸ਼ਨ ਤੁਹਾਡਾ ਨੱਕ ਵਡਾਊਗੇ ਜੀ ਇਹ ਜਿੱਥੇ ਜਿੱਥੇ ਵੀ ਹੈ ਜਿਹੜਾ ਜਿਹੜਾ ਵੀ ਕਰਦਾ ਇਹਨਾਂ ਨੂੰ ਥੋੜੇ ਜੇ ਲਗਾਮ ਦਿਓ ਨਹੀਂ ਰੋਕੋਂਦੀ ਤੇ ਖਬੀ ਦਿਓ ਖਬੀ ਹੁੰਦੀ ਆ ਜਿਹੜੇ ਉਹ ਥੱਲੇੋਂ ਮੂੰਹ ਤੋਂ ਕਰਕੇ ਜੀਭਾਂ ਦੇ ਉੱਤੋਂ ਦੀਆਂ ਰੱਸੀ ਨੂੰ ਗੰਢ ਦੇ ਦਿੰਦੇ ਨੇ ਇੱਕ ਕਾਹੇ ਜੋ ਕੰਮ ਨਾ ਰਵੇ ਇਹਨਾਂ ਨੂੰ ਖਬੀ ਦੇ ਕੇ ਰੱਖੋ ਨਾ ਕਿਉਂਕਿ ਕੁਝ ਲੋਕ ਲੱਗਪੇ ਨੇ ਪਛੰਡੇ ਮਾਰਨ ਨੂੰ ਗਾੜੇ ਪਿਛਾੜੇ ਪਾ ਕੇ ਰੱਖੋ ਜੇ ਇਦਾਂ ਨਾ ਪਾਏ ਤੇ ਜੋ ਕੁਝ ਹੋਣ ਲੱਗ ਪਿਆ ਅਸ ਸੜਕਾਂ ਤੇ ਟਰਾਲੇ ਫੇਰ ਚੱਲਣ ਲੱਗ ਪਿਆ ਔਰ ਜਿਹੜੇ ਹਲਕਿਆਂ ਚ ਟਰਾਲੇ ਚੱਲਦੇ ਉੱਥੋਂ ਦੇ ਲੋਕਾਂ ਤੋਂ ਜਾ ਕੇ ਪੁੱਛ ਲਓ ਜਿਹੜੀ ਕੱਲ ਤੁਹਾਡੀ ਪੁਲਿਸ ਨਹੀਂ ਦੱਸਦੀ ਜਿਹੜੀ ਗੱਲ ਤੁਹਾਡੇ ਮਾਈਨਿੰਗ ਵਾਲੇ ਅਫਸਰ ਨਹੀਂ ਦੱਸਦੇ ਤੁਹਾਨੂੰ ਲੋਕ ਦੱਸ ਦੇਣਗੇ ਕਿ ਕਿਹਦੇ ਕਿਹਦੇ ਟਰਾਲੇ ਜਲਦੇ ਆ ਨੰਬਰ ਵੀ ਦੱਸ ਦੇਣਗੇ ਤੇ ਬੰਦਿਆਂ ਦੇ ਨਾਮ ਵੀ ਦੱਸ ਦੇਣਗੇ ਉਹਨਾਂ ਦੇ ਟੈਲੀਫੋਨ ਨੰਬਰ ਵੀ ਦੱਸ ਦੇਣਗੇ ਕਾਰਵਾਈ ਕਰੋ ਜੀ ਇਹ ਹਰ ਵਾਰੀ ਆਖੀ ਜਾਣਾ ਸਾਡੀ ਸਰਕਾਰ ਨਵੀਂ ਆ ਨਵੀਂ ਆ ਨਵੀਂ ਆ ਇਹ ਨਵੀਂ ਕਿੰਨੇ ਦਿਨ ਨਵੀਂ ਰਹਿਣੀ ਆ 5 ਮਹੀਨਾ ਤਾਂ ਲੰਘ ਗਿਆ 50 ਮਹੀਨਿਆਂ ਤੋਂ ਬਾਅਦ ਸਰਕਾਰ ਨੂੰ ਸਰਕਾਰ ਬਣ ਕੇ ਵਿਖਾਉਣਾ ਪਊਗਾ ਨਹੀਂ ਤੇ ਲੋਕ ਤੁਹਾਡੇ ਬਾਰੇ ਗੱਲਾਂ ਕਰਨਗੇ ਜਿਹੜੀਆਂ ਗੱਲਾਂ ਲੋਕ ਸ਼ੁਰੂ ਕਰਨਗੇ ਉਹ ਚੰਗੀਆਂ ਨਹੀਂ ਹੋਣੀਆਂ ਆਪਣੇ ਆਪ ਨੂੰ ਬਚਾ ਕੇ ਰੱਖੋ ਜੀ ਪੰਸਰ ਸਿਆਸਤ ਤੋਂ ਮਾੜੀ ਹਟਮੀ ਖਬਰ ਹੈ ਕਿ ਪੂਤਾਲੇ ਕਾਲੇ ਸੀ ਕਹਿੰਦੇ ਉਹ ਬੰਦ ਹੋ ਜਾਣੇ ਤੇ ਕੋਰਸ ਵੀ ਬੰਦ ਹੋ ਜਾਣੇ ਤੇ ਫਿਰ ਪੂਤਾ ਦਾ ਕੀ ਬਣੇਗਾ ਅਕਸਰ ਮਾਮਲਾ ਕੀ ਆ ਪੂਰਾ ਇਹ ਗੱਲ ਇਹ ਆ ਕਿ ਉਹ ਗੱਲ ਬਹੁਤ ਪਿੱਛੇ ਰਹਿ ਗਈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਹਲਕੇ ਵਾਰਾਨਸੀ ਤੋਂ ਇਹ ਖਬਰ ਆਈ ਸੀ ਕਿ ਉੱਥੋਂ ਦੇ ਇੱਕ ਕਾਲਜ ਦੇ ਵਿੱਚ ਭੂਤ ਵਿਦਿਆ ਪੜਾਈ ਜਾਂਦੀ ਹੈ ਤੇ ਉਹਦੀ ਡਿਗਰੀ ਦਿੱਤਿਆ ਕਰਦੇ। ਬਿਲਕੁਲ। ਇੱਥੇ ਪੰਜਾਬ ਵਿੱਚ ਭੂਤ ਵਿਦਿਆ ਦੀ ਡਿਗਰੀ ਕਿਸੇ ਨੇ ਦੇਣੀ। ਪਰ ਭੂਤਾਂ ਵਾਲੇ ਕਾਲਜ ਹੈਗੇ ਨੇ। ਹੁਣ ਇੱਥੇ ਜਿਹੜੇ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਕਾਲਜ ਸੀ। ਜਦੋਂ ਉਹਨਾਂ ਦਾ ਪਤਾ ਕਰਾਇਆ ਗਿਆ। ਤੇ ਉਹ ਭੂਤ ਕਾਲਜ ਨਿਕਲੇ ਨੇ। ਜਿਹੜਾ ਸਪੋਰਟਸ ਕਾਲਜ ਬਣਾਇਆ ਪਿਆ। ਉਹਦੇ ਟਰੈਕ ਦੇ ਉੱਤੇ ਉਹਦੀ ਗਰਾਊਂਡ 'ਚ ਕਾ ਹੋ ਗਿਆ ਉੱਥੇ ਖਿਡਾਰੀ ਨਹੀਂ ਕੋਈ ਹੁੰਦੇ ਕੋਈ ਨਹੀਂ ਜਿਹੜਾ ਕਾਨੂੰਨ ਦਾ ਕਾਲਜ ਆ ਉਹ ਐਡਕਨੈਂਸੀ ਫੈਂਸੀ ਚੱਲਦਾ ਕਿ ਉੱਥੇ ਥੋੜੇ ਜਿਹੇ ਬੱਚੇ ਆ ਦੋ ਜਣੇ ਪੜਾਉਣ ਵਾਲੇ ਆ ਉਹਨਾਂ 'ਚੋਂ ਇੱਕ ਨੂੰ ਤਾਂ ਕਾਨੂੰਨ ਦਾ ਮਾੜਾ ਮਾਤਾ ਮੋਟਾ ਪਤਾ ਦੂਸਰਾ ਆਪ ਵਿਚਾਰਾ ਕਿਸੇ ਦੂਜੇ ਕਾਲਜ ਤੋਂ ਬੀਏ ਕਰਦਾ ਪਿਆ ਉਹਨਾਂ ਨੂੰ ਕੀ ਪੜਾਊਗਾ ਜੀ ਅਸੀਂ ਕੱਲ ਇੱਕ ਖਬਰ ਕੀਤੀ ਸੀ ਕਿ ਲੁਧਿਆਣਾ ਚ 140 ਵਕੀਲ ਇਹੋ ਜੇ ਨਿਕਲੇ ਆ ਜਿਹੜੇ ਜਾਲੀ ਅਨਰੋਲ ਹੋਏ ਆ ਉਹ ਬਾਅਦ ਵਿੱਚ ਕੱਲ ਹੀ ਉਹਦੇ ਉੱਤੇ ਫੇਰ ਉਹ ਕਿਸੇ ਨੇ ਜਾ ਕੇ ਤੇ ਯਾਦ ਪੱਤਰ ਦਿੱਤਾ ਤੇ ਪੰਜਾਬ ਹਰਿਆਣਾ 바ਰ ਕਾਉਂਸਲ ਨੇ ਇੱਕ ਚਿੱਠੀ ਨਵੀਂ ਜਾਰੀ ਕੀਤੀ ਆ ਕਿ ਉਹਦੇ ਚ ਕੁਝ ਨਾਂ ਗਲਤੀ ਨਾਲ ਪੈ ਗਏ 140 ਨਹੀਂ ਗੇ ਉਹਨਾਂ ਚੋਂ ਸ਼ਾਇਦ 47 ਜਿਹੜੇ ਆ ਉਹ ਗਲਤੀ ਨਾਲ ਪੈ ਗਏ ਸੀ ਤੇ ਫਿਰ ਵੀ 93 ਤੇ ਹੋਏ ਨਾ ਜੀ ਜਿਹੜਾ ਇੱਕ ਯੂਥ ਲੀਡਰ ਹੈ ਪਰਮਿੰਦਰ ਦੇ ਨਾਂ ਤੋਂ ਰੌਲਾ ਪਿਆ ਉਹ ਆਪ ਮੂੰਹ ਮੂੰਹ ਕਹੀ ਜਾਂਦਾ ਕਿ ਫਲਾਨਾ ਬੰਦਾ ਮੈਨੂੰ ਲਿਖ ਕੇ ਗਿਆ ਚੌਧਰੀ ਚਰਨ ਸਿੰਘ ਯੂਨੀਵਰਸਿਟੀ ਚ ਮੇਰਠ ਐਨੇ ਲੱਖ ਦੇ ਇੱਕ ਮੈਨੂੰ ਡਿਗਰੀ ਲਿਖ ਕੇ ਦਿੱਤੀ ਜਦੋਂ ਇੱਥੇ ਆਏ ਤੇ 바ਰ ਕਾਉਂਸਲ ਵਿੱਚ ਰਜਿਸਟਰ ਕਰਾਉਣਾ ਸੀ ਉਦੋਂ ਉਹਨੇ ਫੇਰ ਮੇਰੇ ਤੋਂ ਐਨੇ ਲੱਖ ਲੈ ਕੇ ਤੈਨੂੰ ਰਜਿਸਟਰ ਕਰਾ ਕੇ ਦੇਣਾ ਇੱਕ ਪੰਜਾਬੀ ਚ ਮੁਹਾਵਰਾ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਇਹੋ ਜੇ ਚੋਰ ਹੋਰ ਨਾ ਜਾਣਦੀ ਫਿਰੇ ਜੀ ਇੱਥੇ ਜਿਹੜਾ ਉਹ ਬੰਦਾ ਇਹ ਕੰਮ ਕਰਦਾ ਜਿਹਦੇ ਬਾਰੇ ਲਿਖਤੀ ਸ਼ਿਕਾਇਤ ਆ ਚੁੱਕੀ ਆ ਉਸ ਬੰਦੇ ਦੇ ਖਿਲਾਫ ਬਾਰ ਕਾਉਂਸਲ ਵੀ ਕਾਰਵਾਈ ਕਰੇ ਤੇ ਨਾਲ ਦੇ ਨਾਲ ਉਸ ਬੰਦੇ ਬਾਰੇ ਪੁਲਿਸ ਨੇ ਵੀ ਹੁਣ ਤੱਕ ਪਰਚਾ ਕਿਉਂ ਨਹੀਂ ਦਰਜ ਕੀਤਾ ਉਹਨੂੰ ਫੜ ਕੇ ਪੁਠਾ ਟੰਗਿਆ ਹੋਵੇ ਉਹ ਦੱਸ ਦੇਵੇਗਾ ਕਿ ਲੁਧਿਆਣੇ ਵਾਲਿਆਂ ਦਾ ਤੇ ਪਤਾ ਲੱਗ ਗਿਆ ਹੁਸ਼ਿਆਰਪੁਰ ਤੇ ਅਮਰਸਰ ਤੇ ਗੁਰਦਾਸਪੁਰ ਤੇ ਜਲੰਧਰ ਤੇ ਫਾਜ਼ਿਲਕਾ ਤੇ ਫਿਰੋਜ਼ਪੁਰ ਤੇ ਬਠਿੰਡੇ ਵਿੱਚ ਪਟਿਆਲੇ ਵਿੱਚ ਸੰਗਰੂਰ ਵਿੱਚ ਰੋਪੜ ਵਿੱਚ ਕਿੱਥੇ ਕਿੱਥੇ ਉਹਨੇ ਕਿੰਨੇ ਬੰਦੇ ਇਦਾਂ ਦੇ ਡਿਗਰੀਆਂ ਦੇ ਕੇ ਜਿਆਲੀ ਵਕੀਲ ਬਣਾਏ ਆ ਤੇ ਉਹਨਾਂ ਦੀ ਰਜਿਸਟ੍ਰੇਸ਼ਨ ਕਰਾਈ ਆ ਉਹ ਕੱਲਾ ਹੀ ਫੜ ਲਿਆ ਜਾਵੇ ਤੇ ਮੇਰੇ ਖਿਆਲ 100 ਬੰਦੇ ਤੇ ਫੜਾ ਦੂਗਾ ਜੇ ਦੋ ਵਾਰ ਸਿਆਦੇ ਤੋਂ ਵੱਧ ਹੀ ਫੜਾ ਦੇ ਤੇ ਨਾਲ ਉਹ ਵੀ ਦੱਸ ਦੂਗਾ ਕਿ ਮੈਂ ਤੇ ਇੰਨੇ ਕਿ ਕਰਾਇਆ ਫਲਾਨਾ ਫਲਾਨਾ ਉਹਨਾਂ ਨੇ ਵੀ ਇੰਨੇ ਕਰਾਏ ਜੀ ਜੀ ਇਹਨਾਂ ਸਾਰਿਆਂ ਨੂੰ ਆਪਣੀ ਜਿਹੜੀ ਬਰਾਦਰੀ ਆਪਣਾ ਭਾਈਚਾਰਾ ਹੁੰਦਾ ਨਾ ਠੱਗਾਂ ਦਾ ਬਰਾਦ ਭਾਈਚਾਰਾ ਇੱਕ ਜਿਹੜੀ ਜਾਲ ਸਾਜ ਬਰਾਦਰੀ ਹੁੰਦੀ ਹੈ ਸਾਰਿਆਂ ਨੂੰ ਇੱਕ ਦੂਸਰੇ ਦਾ ਪਤਾ ਹੁੰਦਾ ਤੁਸੀਂ ਕਿਤੇ ਸੜਕ ਤੇ ਜਾਂਦੇ ਹੋ ਨਾ ਤੇ ਟਰੱਕ ਵਾਲੇ ਇੱਕ ਦੂਸਰੇ ਨੂੰ ਲਾਈਟਾਂ ਦੇ ਕੇ ਤੇ ਬਾਹਰ ਦੀ ਐਂ ਹੱਥ ਕਰਦੇ ਹੁੰਦੇ ਆ ਉਹਦਾ ਮਤਲਬ ਕੀ ਹੁੰਦਾ ਲਈ ਚੱਲ ਤੂੰ ਕੋਈ ਨਹੀਂ ਅੱਗੇ ਹੈ ਨਹੀਂ ਐਕਸਾਈਜ ਆਪੀ ਆ ਉਹ ਸਾਰੇ ਹਰ ਕੋਈ ਟਰੱਕੜਾ ਨਹੀਂ ਕਰਦਾ ਇਹ ਕੰਮ ਸਿਰਫ ਉਹ ਕਰਦੇ ਆ ਜਿਨ੍ਹਾਂ ਕੋਲ ਪੁਠਾ ਸਿੱਧਾ ਮਾਲ ਹੁੰਦਾ ਇਹਨਾਂ ਚੋਂ ਇੱਕ ਜਾਲ ਸਾਜ ਨੂੰ ਫੜ ਲਓ ਆਪਣੇ ਨਾਲ ਦੇ 36 ਹੋਰ ਫੜਾ ਦਊਗਾ ਪਰ ਇਹ ਸ਼ੁਰੂਆਤ ਕਿੱਥੋਂ ਹੋਣੀ ਆ ਇਹ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੀ ਪੁਲਿਸ ਨੂੰ ਇਹਨਾਂ ਨੂੰ ਪਤਾ ਕਰਨਾ ਪਵੇਗਾ ਜੇ ਉਹ ਕਰਨਾ ਸ਼ੁਰੂ ਕਰ ਦੇਣ ਤੇ ਫਿਰ ਆਪ ਭੂਤਕਾਲ ਜਾਂਦੀਆਂ ਸਾਨੂੰ ਖਬਰਾਂ ਨਹੀਂ ਪੜ੍ਹਨੀਆਂ ਪੈਣਗੀਆਂ ਜੀ ਇਹ ਤਾਂ ਸ਼ੁਕਰ ਹੈ ਪੰਜਾਬੀ ਯੂਨੀਵਰਸਿਟੀ ਨੂੰ ਇੱਕ ਜੱਜ ਦਾ ਵਾਈਸ ਚਾਂਸਲਰ ਮਿਲ ਗਿਆ ਇਸ ਯੂਨੀਵਰਸਿਟੀ ਚ ਪਿਛਲੇ 2-3 ਵਾਈਸ ਚਾਂਸਲਰ ਇਹੋ ਜਿਹੇ ਆਏ ਆ ਜਿਨ੍ਹਾਂ ਦੇ ਬਗੈਰ ਕੋਲ ਬਗੈਰ ਕੰਮ ਤੋਂ ਵੀ ਭਰਤੀ ਹੁੰਦੀ ਰਹੀ ਆ ਉਹ ਕਹਿੰਦੇ ਇੱਕ ਰਾਜੇ ਕੋਲ ਕੋਈ ਆ ਗਿਆ ਸੀ ਵਜ਼ੀਰ ਕੋਲ ਵੀ ਇੱਥੇ ਨੌਕੀ ਦਿਵਾ ਦਿਓ ਕਹਿੰਦਾ ਬਹਿ ਜਾ ਉੱਥੇ ਬਾਹਰ ਬਸ ਇਹੋ ਆਖੀ ਜਾ ਰਾਜ ਦਾ ਰਾਜ ਵਧੀਆ ਮੁੜ ਕੇ ਦੂਜਾ ਆ ਗਿਆ ਕਹਿੰਦੇ ਨਹੀਂ ਨੌਕੀ ਦੇਣੀ ਕਹਿੰਦਾ ਤੂੰ ਜੋ ਮਰਜੀ ਆਖ ਜਾ ਪਹਿਲਾ ਆਖ ਰਾਜ ਦਾ ਰਾਜ ਵਧੀਆ ਦੂਜਾ ਕਹਿੰਦਾ ਬਾੜਾ ਹੀ ਵਧੀਆ ਪਰ ਮੈਨੂੰ ਇਹਨਾਂ ਤੋਂ ਲੈ ਕਿੰਨਾ ਚਿਰ ਚੱਲੂ ਫਿਰ ਤੀਜਾ ਆ ਗਿਆ ਉਹਨੂੰ ਕਹਿੰਦਾ ਤੂੰ ਵੀ ਕਰ ਜਾ ਉਹ ਕਹਿੰਦਾ ਪਹਿਲਾ ਆਖ ਰਾਜ ਦਾ ਰਾਜ ਵਧੀਆ ਦੂਜਾ ਆਖੇ ਬਾੜਾ ਵਧੀਆ ਪਰ ਪਤਾ ਨਹੀਂ ਕਿੰਨਾ ਚਿਰ ਚੱਲੂ ਤੀਜਾ ਕਹਿੰਦਾ ਜਿੰਨਾ ਚਿਰ ਚੱਲਦਾ ਚਲਾਈ ਜਾ ਤੈਨੂੰ ਤਕਲੀਫ ਹੁੰਦੀ ਹੈ ਤੇ ਤਿੰਨਾਂ ਨੂੰ ਤਨਖਾਹ ਮਿਲੀ ਗਈ 300 400 ਜਾਂ 500 ਪਤਾ ਨਹੀਂ ਕਿੰਨੇ ਕੁ ਮੁਲਾਜ਼ਮ ਇਹੋ ਜੇ ਪਿਛਲੇ ਸਮੇਂ 'ਚ ਭਰਤੀ ਕੀਤੇ ਗਏ ਪਤਾ ਨਹੀਂ ਕਾਲਜ ਇਹੋ ਜੇ ਭੂਤ ਕਾਲਜ ਕਿੰਨੇ ਕੁ ਰਜਿਸਟਰ ਕੀਤੇ ਗਏ ਉਹਨਾਂ ਸਾਰਿਆਂ ਦੀ ਕਪੜਿਆਂ ਦੀ ਜਾਂਚ ਹੋਣੀ ਚਾਹੀਦੀ ਆ ਇਹ ਲੋਕਾਂ ਦੀ ਸੇਵਾ ਲਈ ਯੂਨੀਵਰਸਿਟੀ ਬਣੀ ਸੀ ਇਹਦੇ ਵਿੱਚ ਭੂਤਵਾੜਾ ਤੇ ਜੋਕਾਂ ਦਾ ਅੱਡਾ ਜਿਹੜਾ ਬਣਿਆ ਉਹ ਸਾਰਾ ਖਲਾਸ ਹੋਣਾ ਚਾਹੀਦਾ ਜੀ ਜਿੱਥੇ-ਜਿੱਥੇ ਵੀ ਇਹ ਕੁਝ ਹੋਇਆ ਉਹਦਾ ਸਭ ਅਖਬਾਰਾਂ 'ਚ ਜੋਕ ਜਾਣ ਡਿਆ ਉਹਦੀ ਪੁਨਛਾਣ ਹੋਣੀ ਚਾਹੀਦੀ ਲੋਕਾਂ ਸਾਹਮਣੇ ਸੱਚ ਹੋਣਾ ਚਾਹੀਦਾ ਜੀ ਪੰਸਾਵੇਕਾ ਪ੍ਰਸਿੱਧ ਲੇਖਕ ਹੈ ਸਲਮਾਨ ਰਸ਼ਦੀ ਉਹਨਾਂ ਤੇ ਹਮਲਾ ਹੋਇਆ ਕਹਿੰਦੇ ਨਿਊਯਾਰਕ ਵਿੱਚ ਲੰਬੇ ਸਮੇਂ ਤੋਂ ਪਹਿਲਾਂ ਵੀ ਹਮਲੇ ਹੋਏ ਐ ਇਹ ਮਾਮਲਾ ਕੀ ਹੈ ਅਚਾਨਕ ਪ੍ਰੈਸ ਕਾਨਫਰੈਂਸ ਦੌਰਾਨ ਹਮਲਾ ਕਰਤਾ ਕਿਸੇ ਨੇ ਦੇਖੋ ਉਹ ਮੁੰਬਈ ਚ ਪੈਦਾ ਹੋਇਆ ਸੀ ਬਾਅਦ ਚ ਉਹ ਇੰਗਲੈਂਡ ਚ ਲੱਗ ਗਿਆ ਉੱਥੇ ਸਿਟੀਜ਼ਨਸ਼ਿਪ ਲੈ ਲਈ 1988 ਚ ਉਹਨੇ ਇੱਕ ਕਿਤਾਬ ਲਿਖੀ ਸੀ ਦ ਸੈਟਨਿਕ ਵਰਸਸ ਮੁਸਲਮਾਨ ਪੜ੍ਹ ਕੇ ਕਿਨੇ ਮੁਸਲਮਾਨ ਹੋ ਕੇ ਸਾਡੇ ਧਰਮ ਦੀ ਬੇਇੱਜ਼ਤੀ ਕੀਤੀ ਦੂਜੀ ਕਿਤਾਬ ਉਹਨੇ ਲਿਖ ਦਿੱਤੀ ਦ ਮਿਡਨਾਈਟ ਚਿਲਡਰਨ ਉਹ ਹੋਰ ਪੜਕੇ 1999 ਚ ਈਰਾਨ ਦੇ ਸਭ ਤੋਂ ਵੱਡੇ ਧਾਰਮਿਕ ਨੇਤਾ ਐਤੁੱਲਾ ਰੂਹੋਲ ਖਮੇਨੀ ਨੇ ਉਹਦੇ ਸਿਰ ਦਾ ਨਾਮ ਰੱਖਤਾ ਸੀ ਕਿ ਇਹਨੂੰ ਕਤਲ ਕਰਦੋ ਫਿਰ ਉਹਦੇ ਤੋਂ ਬਾਅਦ 1998 ਚ ਉੱਥੋਂ ਦੀ ਸਰਕਾਰ ਨੇ ਆਖਿਆ ਕਿ ਉਹ ਉਦੋਂ ਗੁੱਸੇ ਚ ਕਹਿਤਾ ਪਰ ਅਸੀਂ ਉਹਦੇ ਕਤਲ-ਕੁੱਤਲ ਚ ਬਹੁਤ ਇੰਟਰਸਟਿਡ ਨਹੀਂ ਪਰ ਸੰਨ 2012 ਦੇ ਵਿੱਚ ਆ ਕੇ ਫਿਰ ਉੱਥੋਂ ਇੱਕ ਸੰਸਥਾ ਨੇ ਕਹਿਤਾ ਕਿ ਜਿਹੜਾ ਦਾ ਸਿਰ ਲਿਓ ਉਨੂੰ 3.3 ਮਿਲੀਅਨ ਡਾਲਰ ਦਿੱਤੇ ਜਾਣਗੇ ਇਹ ਉਦੋਂ ਦੱਸਿਆ ਇੰਗਲੈਂਡ ਦੇ ਵਿੱਚ ਬਾਅਦ ਵਿੱਚ ਚਲਾ ਗਿਆ ਅਮਰੀਕਾ ਤੇ ਉੱਥੋਂ ਦੀ ਸਿਟੀਨਿਟੀਨਸ਼ਿਪ ਲੈ ਲਈ ਹੁਣ ਕਹਿੰਦੇ ਇਹਦੇ ਕੋਲ ਦੋਵਾਂ ਥਾਵਾਂ ਦੀ ਸਿਟੀਨਿਟੀ ਹੈ ਸੈਮੀਨਾਰ 'ਚ ਬੋਲਣ ਲੱਗਾ ਸੀ ਇੱਕ ਬੰਦਾ ਆਇਆ ਸੀਦਾ ਸਟੇਜ ਤੇ ਜਾ ਚੜਿਆ ਉਹਨੇ ਮੁੜਕੇ ਨੂੰ ਚਾਕੂ ਮਾਰੇ ਜਖਮੀ ਹੋਇਆ ਹਸਪਤਾਲ ਦਾਖਲ ਵਿਚਾਰਾਂ ਦੇ ਵਿੱਚ ਕਈ ਕਿਸਮ ਦੇ ਮਤਭੇਦ ਹੋ ਸਕਦੇ ਆ ਤੇ ਜੇ ਵਿਚਾਰਾਂ ਦੇ ਮਤਭੇਦ ਹੋਣ ਤੇ ਇਹਦਾ ਮਤਲਬ ਇਹ ਨਹੀਂ ਕਿ ਬੰਦੇ ਨੂੰ ਮਾਰ ਦਿਓ ਉਹ ਕੱਲ ਦੀ ਜਿਹੜੀ ਬੰਗਲਾਦੇਸ਼ ਵਾਲੇ ਲੇਖਕਾ ਤਸਲੀਮਾ ਨਸਰੀਨ ਹੈ ਜੀ ਜੀ ਉਹ ਵੀ ਡਰੀ ਪਈ ਉਹ ਵੀ ਇਹਨਾਂ ਗੱਲਾਂ ਦਾ ਕਰਕੇ ਬੰਗਲਾਦੇਸ਼ ਛੱਡ ਗਿਆ ਇਸ ਉਹ ਕਹਿੰਦੀ ਉਹਦੀ ਵੀ ਜਾਨ ਨੂੰ ਖਤਰਾ ਜੇ ਹੋਵੇ ਤਾਂ ਸਰਕਾਰ ਨੂੰ ਉਹਦਾ ਵੇਪਰਬੰਦ ਕਰਨਾ ਚਾਹੀਦਾ ਜੋ ਪ੍ਰਬੰਧਤ ਦੀ ਲੋੜ ਕਰਨੇ ਚਾਹੀਦੇ ਆ ਵੈਸੇ ਕਟੜ ਪੰਥੀ ਪੁਣਾ ਰੌਣਾ ਤੇ ਇਸਲਾਮ ਕੱਲੇ ਦਾ ਪੈਂਦਾ ਇਸਲਾਮ ਕੱਲੇ ਚ ਨਹੀਂ ਕਈਆਂ ਧਰਮਾਂ 'ਚ ਵੱਧੀ ਜਾ ਰਿਹਾ ਜਿੱਥੇ-ਜਿੱਥੇ ਵੀ ਆ ਜਿਹੜੇ ਧਰਮ 'ਚ ਵਿਵਾਦ ਆ ਉਸ ਧਰਮ ਦੇ ਲੀਡਰਾਂ ਨੂੰ ਧਿਆਨ ਦੇਣਾ ਚਾਹੀਦਾ ਨਹੀਂ ਤੇ ਨੁਕਸਾਨ ਕਰੇ ਨੁਕਸਾਨ ਤੋਂ ਪੰਚ ਹੋਸਾ ਦਾ ਲੋਕਾਂ ਦੀ ਭਲਾਈ ਲਈ ਅਰਦਾਸ ਕਰਨੀ ਚਾਹੀਦੀ ਬਾਕੀ ਤੁਸੀਂ ਖਬਰਾਂ ਤੇ ਚਰਚਾ ਕੀਤੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰਨ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜਿਨ੍ਹਾਂ ਨੇ ਖਬਰਾਂ ਤੇ ਚਰਚਾ ਕੀਤੀ ਹੈ ਉਮੀਦ ਕਰਦੇ ਹਾਂ ਪ੍ਰੋਗਰਾਮ ਜੂਰ ਪਸੰਦ ਆਇਆ ਹੋਣਾ ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ